ਇਹ ਠੰਡਾ ਜ਼ਿਆਦਾ ਰਹਿੰਦਾ ਗਾ। ਅੱਛਾ ਜੀ, ਇਹ ਟੁੱਟੂਗਾ ਅਸੀਂ ਨਵਾਂ ਤੁਹਾਨੂੰ ਦੇਵਾਂਗੇ ਜੀ। 35 ਹਾਰਸ ਪਾਵਰ ਤੋਂ ਲੈ ਕੇ 60 ਹਾਰਸ ਪਾਵਰ ਤੱਕ ਪੂਰੇ ਵਧੀਆ ਚੱਲ। ਸਾਡਾ ਜੀ ਇੱਕੋ ਸਪੋਰਟਸ ਮਾਡਲ ਆ ਜਿਹੜਾ ਕਿ ਅਸੀਂ ਸਪੈਸ਼ਲੀ ਡਿਜ਼ਾਈਨ ਕੀਤਾ ਗਾ। ਇਹਦੇ ਮੈਂ ਤੁਹਾਨੂੰ ਖਾਸੀਅਤ ਦੱਸਦਾ ਜੀ, 20-35-28 ਦਾ ਗੇਅਰ ਬਾਕਸ ਦਾ ਸੈੱਟ ਪਾਇਆ ਗਿਆ ਜੀ। ਇਕਨੋਮਿਕਲ ਅੱਜ ਦੇ ਟਾਈਮ ਚ ਮੰਨਿਆ ਗਿਆ ਇਹ ਵਾਲਾ ਜਿਹੜਾ ਚੇਂਜਸ ਕੀਤੀਆਂ ਬਾਕੀਆਂ ਨਾਲੋਂ। ਹਾਂਜੀ, ਨਾਰਮਲੀ 4 ਫੁੱਟ ਤੋਂ ਲੈ ਕੇ 7 ਫੁੱਟ ਤੱਕ ਅਵੇਲੇਬਲ ਹੈਗੇ ਆ। ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਹੀ ਲਾਹੇਵੰਦ ਹੋਣ ਵਾਲੀ ਆ। ਬਹੁਤ ਸਾਰੇ ਇੰਪਲੀਮੈਂਟ ਬਣਾਉਂਦੀਆਂ ਨੇ ਕੰਪਨੀਆਂ, ਬਹੁਤ ਸਾਰੀਆਂ ਇੰਪਲੀਮੈਂਟ ਤੁਸੀਂ ਦੇਖਦੇ ਹੋ, ਤੇ ਅੱਜ ਇੱਕ ਅਲੱਗ ਤਰ੍ਹਾਂ ਦੇ ਵਧੀਆ ਸੁਪਰ ਕੁਆਲਿਟੀ ਦੇ ਇੱਕ ਐਗਜੀਬਿਸ਼ਨ ਦੇ ਵਿੱਚ ਆਪਾਂ ਨੂੰ ਇੰਪਲੀਮੈਂਟ ਐਗਰੀਕਲਚਰ ਦੇ ਦੇਖਣ ਨੂੰ ਮਿਲਣਗੇ। ਆਪਾਂ ਪੂਰੀ ਜਾਣਕਾਰੀ ਬਾਈ ਜੀ ਉਹਨਾਂ ਤੋਂ ਲੈਣੀ ਹੈ, ਕੀ ਨਾਂ ਹੈ ਕੰਪਨੀ ਦਾ, ਕੀ ਨਾਂ ਹੈ, ਕਿੰਨੇ ਟਾਈਮ ਤੋਂ ਇਹ ਕੰਪਨੀ ਐਗਰੀਕਲਚਰ ਦੇ ਜਿਹੜੇ ਇੰਪਲੀਮੈਂਟ ਬਣਾਉਂਦੀ ਹੈ ਉਹਦੀ ਪੂਰੀ ਜਾਣਕਾਰੀ ਆਪਾਂ ਬਾਈ ਜੀ ਉਹਨਾਂ ਤੋਂ ਲੈਂਦੇ ਹਾਂ। ਗੱਲ ਕਰਦੇ ਹਾਂ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਨਾਂ ਬਾਈ ਜੀ ਆਪਣਾ? ਮੇਰਾ ਜੀ ਗੁਰਸਿਮਰਨ ਸਿੰਘ ਹੈ ਜੀ। ਹਾਂਜੀ, ਤੇ ਇਹੀ ਤਲਵੰਡੀ ਭਾਈ ਤੋਂ ਆ। ਆਪਣਾ ਫਰਮ ਦਾ ਜੀ ਟ੍ਰੇਡਮਾਰਕ ਹੈਗਾ ਜੀ ਗੋਲਡਨ ਪੰਜਾਬ। ਹਾਂਜੀ ਹਾਂਜੀ, ਤੇ ਫਰਮ ਦਾ ਨਾਮ ਹੈਗਾ ਜੀ ਪੰਜਾਬ ਇੰਜੀਨੀਅਰਿੰਗ ਵਰਕਸ। ਠੀਕ ਹੈ, ਅਸੀਂ 1965 ਤੋਂ ਹੀ ਕੰਮ ਕਰ ਰਹੇ ਹਾਂ ਅਤੇ ਮੈਂ 3ਜੀ ਪੀੜ੍ਹੀ ਚੋਂ ਆ ਜਿਹੜਾ ਇਸ ਫੀਲਡ ਦੇ ਵਿੱਚ ਆਇਆਂਗੇ ਜੀ। ਠੀਕ ਹੈ ਬਾਈ ਜੀ, ਮੁਬਾਰਕਾਂ ਜੀ ਤੁਹਾਨੂੰ। ਤੇ ਬਾਈ ਜੀ, ਅੱਜ ਐਗਜੀਬਿਸ਼ਨ ਦੇ ਵਿੱਚ ਕਿਹੜੀ ਕਿਹੜੀ ਮਸ਼ੀਨਾਂ ਤੁਸੀਂ ਲੈ ਕੇ ਆਏ ਜੀ? ਆਪਾਂ ਐਗਜੀਬਿਸ਼ਨ ਦੇ ਵਿੱਚ ਜੀ ਰੋਟਾਵੇਟਰ, ਲੇਜ਼ਰ ਲੈਵਲਰ, ਜ਼ੀਰੋ ਡਰਿੱਲ ਤੇ ਮੱਕੀ ਵਾਲਾ ਤੇ ਝੋਨੇ ਵਾਲਾ ਥ੍ਰੈਸ਼ਰ ਲੈ ਕੇ ਆਏ ਜੀ, ਤੇ ਪਲੱਸ ਕੰਪਨੀ ਹੋਰ ਵੀ ਕਈ ਇੰਪਲੀਮੈਂਟ ਜਿਹੜੇ ਬਣਾਉਂਦੀ ਹੈ ਜੀ। ਠੀਕ ਹੈ ਜੀ, ਤੇ ਇਸ ਗੱਲ ਇਹਦੀ ਗੱਲ ਕਰਦੀ, ਇਹ ਕਿਹੜਾ ਇੰਪਲੀਮੈਂਟ ਹੈ ਜੀ? ਇਹ ਆਪਣਾ ਜੀ ਰੈਗੂਲਰ ਰੋਟਾਵੇਟਰ ਆ ਜੀ, ਇਕੋ ਪਲੱਸ। ਇਕੋ ਪਲੱਸ ਜਿਹੜਾ ਰੈਗੂਲਰ ਮਾਰਕੀਟ ਦੇ ਵਿੱਚ ਆਉਂਦਾ ਜੀ, ਉਹ ਵਾਲਾ ਮਾਡਲ ਹੈ ਜੀ ਇਕੋ ਪਲੱਸ ਜੀ। ਹਾਂਜੀ, ਤੇ ਇਹਦੀ ਗੱਲ ਕਰੀਏ ਤਾਂ ਆਪਾਂ ਗੇਅਰ ਬਾਕਸੇ ਤੋਂ ਲੈਂਦੇ ਹਾਂ ਜੀ। ਹਾਂਜੀ, ਤੇ ਗੇਅਰ ਬਾਕਸੇ ਦੀ ਗੱਲ ਕਰਦੇ ਹਾਂ ਤਾਂ ਇਹਦੇ ਗੇਅਰ ਬਾਕਸੇ ਬਾਰੇ ਜਾਣਕਾਰੀ ਜਿਹੜੀ ਕਿਸਾਨ ਵੀਰਾਂ ਨੂੰ ਦਿਓ ਜੀ। ਇਹ ਜੀ 13-25 ਦਾ ਗੇਅਰ ਬਾਕਸ ਹੈ ਜੀ। ਹਾਂਜੀ, ਪਲੱਸ ਇਹਦੇ ਵਿੱਚ ਇਹ ਹੈ ਜੀ, ਇਹਦੇ 'ਚ ਤੇਲ ਥੋੜਾ ਪੈਂਦਾ ਜੀ। ਅੱਛਾ, 4 ਲੀਟਰ ਦੇ ਕਰੀਬ ਜਿਹੜਾ? ਹਾਂਜੀ ਹਾਂਜੀ, ਠੀਕ। ਨੋਰਮਲ ਜਿਹੜਾ ਹੁੰਦਾ ਤੁਸੀਂ ਵੇਖੋਗੇ ਮਿਆਰ ਦੇ ਵਿੱਚ 5-5.5 ਲੀਟਰ ਵਾਲਾ ਤੇਲ ਵਾਲਾ ਗੇਅਰ ਬਾਕਸ ਹੁੰਦਾ ਗਾ ਜੀ। ਠੀਕ ਹੈ ਜੀ। ਉਸ ਤੋਂ ਅੱਜ ਆਪਾਂ ਇਹਦੇ ਸਾਈਡ ਗੇਅਰ ਬਾਕਸ ਦੀ ਗੱਲ ਕਰੀਏ ਜੀ। ਹਾਂਜੀ, ਇਹਦੇ ਵਿੱਚ 20-35-28 ਦਾ ਗੇਅਰ ਬਾਕਸ ਦਾ ਸੈੱਟ ਪਾਇਆ ਗਿਆ ਜੀ। 20-35-28 ਦਾ ਜੀ? ਹਾਂਜੀ, ਹਾਈ ਕੁਆਲਿਟੀ ਦਾ ਗੇਅਰ ਬਾਕਸ ਆ। ਉਹਦੀ ਕੀ ਉਹ 35 ਦਾ ਪਾਉਣ ਦਾ ਕੀ ਮਤਲਬ ਹੈ ਜੀ ਇਹਦਾ? ਸਰ ਇਹ ਜਿਹੜਾ ਸਾਰਿਆਂ ਤੋਂ ਇਕਨੋਮਿਕਲ ਅੱਜ ਦੇ ਟਾਈਮ 'ਚ ਮੰਨਿਆ ਗਿਆ ਇਹ ਵਾਲਾ ਜਿਹੜਾ ਗ੍ਰਾਂਡ, ਜਿਹਦੀ ਪਰਫਾਰਮੈਂਸ ਗੁੱਡ ਹੈ ਜੀ, ਪਰਫਾਰਮੈਂਸ ਸਾਰਿਆਂ ਤੋਂ ਵਧੀਆ ਜੀ। ਠੀਕ ਹੈ ਜੀ, ਜਿਹੜਾ ਇਹ ਪਲੱਸ ਇਹ ਨਾਰਮਲ ਮਾਰਕੀਟ ਦੇ ਵਿੱਚ ਅਵੇਲੇਬਲ ਵੀ ਹੈ, ਸਪੇਅਰ ਪਾਰਟਸ ਮਿਲ ਜਾਂਦੇ ਆ, ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਂਦੀ ਫਿਊਚਰ ਦੇ ਵਿੱਚ ਇਹਦੇ ਵਿੱਚ। ਠੀਕ ਹੈ ਜੀ, ਤੇ ਇਹਦੀ ਗੱਲ ਸਾਈਜ਼ ਦੀ ਕਰੀਏ ਤਾਂ ਕੀ ਸਾਈਜ਼ ਹੈ? ਇਹ ਆਪਣੇ ਕੋਲ ਜੀ 4 ਫੁੱਟ ਤੋਂ ਲੈ ਕੇ 7 ਫੁੱਟ ਤੱਕ ਅਵੇਲੇਬਲ ਹੈਗੇ ਆ ਜੀ। 4 ਤੋਂ 7 ਫੁੱਟ ਤੱਕ ਦੇ? ਹਾਂਜੀ ਸਰ। ਤੇ ਕਿਹੜੇ ਕਿਹੜੇ ਟਰੈਕਟਰ ਵਾਸਤੇ ਜੀ ਆਪਾਂ ਨੂੰ ਇਹ ਯੂਜ਼ ਵਰਤੋਂ ਵਿੱਚ ਆਉਂਦੇ ਨੇ? ਇਹ ਜੀ 35 ਹਾਰਸ ਪਾਵਰ ਤੋਂ ਲੈ ਕੇ 60 ਹਾਰਸ ਪਾਵਰ ਤੱਕ ਪੂਰੇ ਵਧੀਆ ਚੱਲਦੇ ਆ ਜੀ। ਠੀਕ ਹੈ ਜੀ, ਤੇ ਜੇ ਗੱਲ ਕਰੀਏ ਆਪਾਂ ਇਹਦੇ ਬਲੇਟਾਂ ਦੀ ਜੀ? ਇਹ ਵੀਰ ਜੀ ਬੋਰਨ ਸਟੀਲ ਦੇ ਬਲੇਡ ਨੇ, ਆਪਣੇ ਆਪ ਦੇ ਮਾਰਕੀਟ ਵਿੱਚ ਬਲੇਡ ਨੇ। ਅਗਰ ਕੋਈ ਵੀ ਕਿਸਾਨ ਨੂੰ ਦਿੱਕਤ ਆਉਂਦੀ ਆ ਜੇ ਟੁੱਟਦਾ ਫੀਲਡ ਦੇ ਵਿੱਚ, ਤੁਸੀਂ ਸਾਨੂੰ ਵਾਪਸੀ ਕਰੋ ਤੇ ਅਸੀਂ ਤੁਹਾਨੂੰ ਨਵਾਂ ਦਵਾਂਗੇ, ਨਵਾਂ ਬਲੇਡ ਮਿਲ ਜੂਗਾ ਜੀ। ਹਾਂਜੀ, ਜੇ ਟੁੱਟਿਆ ਗਾ ਤਾਂ? ਇਹ ਤਾਂ ਨਹੀਂ ਹੈਗਾ ਭਾਜੀ ਵੀ ਤੁਸੀਂ ਉਦੋਂ ਫੋਨ ਹੀ ਨਾ ਚੱਕੋ ਜਾਂ ਨਹੀਂ ਜੀ, ਜੇ ਟੁੱਟਿਆ ਜੀ ਅਸੀਂ ਤੁਹਾਨੂੰ ਨਵਾਂ ਬਲੇਡ ਦਵਾਂਗੇ ਜੀ। ਹਾਂਜੀ ਹਾਂਜੀ, ਤੇ ਸਾਈ ਦੀ ਕੋਈ ਗਾਰੰਟੀ ਨਹੀਂ, ਪਰ ਜੇ ਟੁੱਟੂਗਾ ਅਸੀਂ ਨਵਾਂ ਤੁਹਾਨੂੰ ਦਵਾਂਗੇ ਜੀ। ਠੀਕ ਹੈ ਭਾਜੀ। ਹਾਂਜੀ, ਤੇ ਇਹ ਐਡਜਸਟਮੈਂਟ ਹੈਗੀ ਹੈ ਜੀ? ਹਾਂਜੀ, ਇਹ ਐਡਜਸਟਮੈਂਟ ਹੈ ਜੀ, ਟੌਪ ਲਿੰਕ ਜਿਹੜੀ ਆਪਾਂ 3-point ਪਿੰਨਾਂ ਲਾਉਣੀਆਂ ਜੀ। ਹਾਂਜੀ, ਉਹ ਹੈਵੀ ਡਿਊਟੀ ਅਸੀਂ ਮਸਟ ਤਿਆਰ ਕੀਤੀ ਹੈ ਜੀ, ਜਿਹੜੀ ਟਰੈਕਟਰ ਦੇ ਪੂਰੇ ਸ਼ੇਅਰ ਦੀ ਸ਼ੋਅ ਵਧੀਆ ਬਣਾਉਂਦੀ ਹੈ। ਠੀਕ ਹੈ ਜੀ, ਤੇ ਇਹਦੀ ਪਲੇਟ ਦੀ ਥਿਕਨੈਸ ਕੀ ਰੱਖੀ ਹੈ? ਇਹ ਜੀ 5 mm ਦੇ ਵਿੱਚ ਹੈ ਜੀ, ਇਹ ਕਿਉਂਕਿ ਆਪਣੀ ਰੈਗੂਲਰ ਸੀਰੀਜ਼ ਆ। ਠੀਕ ਹੈ, ਇਹ ਤਾਂ ਬਸ ਦੂਸਰੀ ਸੀਰੀਜ਼ ਆਉਂਦੀ ਹੈ ਜੀ, ਉਹਦੇ ਵਿੱਚ ਆਪਾਂ ਇਹਨੂੰ ਹੈਵੀ ਹੋਰ ਕੀਤਾ ਹੋਇਆ। ਠੀਕ ਹੈ ਜੀ, ਇਹ ਤਵੀ ਲਾਉਣ ਦਾ ਕੀ ਮਤਲਬ ਹੈ ਜੀ? ਤਵੀ ਆ ਜੀ ਸਾਈਡ ਤੇ ਜਿਹੜੀ ਆਹ ਮਿੱਟੀ ਜਿਹੜੀ ਛੱਡ ਦਿੰਦਾ ਜੀ, ਤੇ ਇਹ ਆਪਦੀ ਮਿੱਟੀ ਵਿੱਚ ਲੈ ਕੇ ਚੱਲਦਾਗਾ। ਅੱਛਾ ਜੀ, ਕੀ ਪੂਰਾ ਜੇ 6 ਫੁੱਟ ਆ ਤਾਂ ਜੀ ਇਹ 6 ਫੁੱਟ ਕਵਰ ਕਰੂਗਾ, ਜਿਹੜੀਆਂ ਬੱਟਾਂ ਨੂੰ ਉਹ ਵੀ ਕਵਰ ਕਰ ਲੇਗਾ ਜੀ। ਹਾਂਜੀ, ਇੱਕ ਆਪਣੇ ਜਿਹੜੀ ਖਾਸੀਅਤ ਆ ਜੀ ਸਾਰਿਆਂ ਤੋਂ, ਅਗਰ ਤੁਹਾਨੂੰ ਅਸੀਂ 6 ਫੁੱਟ ਕਹਿ ਰਹੇ ਆ ਤਾਂ ਅੰਦਰੋਂ ਅੰਦਰੋਂ ਵਰਕਿੰਗ 6 ਫੁੱਟ ਹੋਊਗੀ ਜੀ। ਇਹ ਨਹੀਂਗਾ ਕਿ
ਕਈ ਕੰਪਨੀਆਂ ਕੀ ਕਰਦੀਆਂ ਆਹਾ ਥਾਂ ਤੋਂ ਲੈ ਕੇ ਦੂਸਰੀ ਥਾਂ ਜਿਹੜੀਆਂ ਬਾਹਰ ਤੋਂ ਮਿਣ ਲੈਂਦੀਆਂ, ਹਾਂ ਮਿਣ ਲੈਂਦੀਆਂ ਜੀ 6 ਫੁੱਟ ਆਪਣੀ ਅੰਦਰੋਂ ਵਰਕਿੰਗ 6 ਫੁੱਟ ਹੋਊਗੀ ਜੀ। ਹਾਂਜੀ ਉਸ ਤੋਂ ਬਾਅਦ ਐਕਸਟਰਾ ਰਹੇਗਾ ਜੀ। ਹਾਂਜੀ ਉਹ ਐਕਸਟਰਾ ਜੀ ਜਿਹੜਾ ਵੀ ਆ। ਠੀਕ ਹੈ ਜੀ, ਕੰਟੈਕਟ ਨੰਬਰ ਬੋਲਿਓ ਭਾਜੀ ਆਪਣਾ। ਆਪਣਾ ਹੈਗਾ ਜੀ 8699001030। ਕਿਹੜੀ ਜਗ੍ਹਾ ਜੀ? ਪੇਤਲ ਮੰਡੀ ਭਾਈ ਆ ਜੀ। ਤੇ ਇੱਕ ਹੋਰ ਆਪਣਾ ਨੰਬਰ ਹੈਗਾ ਜੀ ਆ ਨਾਲ ਲੱਗੇ ਤਾਂ ਜੀ 9877810030। ਠੀਕ ਹੈ ਜੀ, ਅਗਲੇ ਮਾਡਲ ਦੀ ਗੱਲ ਕਰਦੇ ਆ ਭਾਜੀ। ਇਹ ਮਾਡਲ ਦੀ ਇਹ ਸਾਡਾ ਜੀ ਇਕੋ ਸਪੋਰਟਸ ਮਾਡਲ ਆ ਜਿਹੜਾ ਕਿ ਅਸੀਂ ਸਪੈਸ਼ਲੀ ਡਿਜ਼ਾਈਨ ਕੀਤਾ ਗਾ। ਇਹਦੇ ਮੈਂ ਤੁਹਾਨੂੰ ਖਾਸੀਅਤ ਦੱਸਦਾ ਜੀ। ਪਹਿਲਾਂ ਤਾਂ ਜੀ ਵੱਡਾ 13-23 ਦਾ ਗੇਅਰ ਬਾਕਸ ਆ ਗਿਆ ਜੀ। ਠੀਕ ਹੈ ਜੀ, ਇਹ ਵੀ ਆਪਣਾ 4 ਲੀਟਰ ਗੇਅਰ ਬਾਕਸ ਦੇ ਵਿੱਚ ਆਉਂਦਾ ਗਾ, ਪਰ ਉਹ ਸਾਈਜ਼ ਇਹਦਾ ਵੱਡਾ ਆ, ਪਲੱਸ ਇਹ ਠੰਡਾ ਜ਼ਿਆਦਾ ਰਹਿੰਦਾ ਗਾ। ਅੱਛਾ ਜੀ, ਇਹ ਗਰਮ ਜਲਦੀ ਨਹੀਂ ਹੁੰਦਾ ਗਾ। ਅੱਛਾ ਜੀ, ਉਸ ਤੋਂ ਬਾਅਦ ਜੇ ਆਪਾਂ ਸਾਈਡ ਗੇਅਰ ਬਾਕਸ ਤੇ ਗੱਲ ਕਰੀਏ ਜੀ, ਇਹਦੇ ਵਿੱਚ ਜਿਹੜੀ ਅਸੀਂ ਚੇਂਜਸ ਕੀਤੀਆਂ ਬਾਕੀਆਂ ਨਾਲੋਂ। ਹਾਂਜੀ, ਨਾਰਮਲੀ ਜਿਵੇਂ ਤੁਸੀਂ ਦੂਸਰੇ 'ਚ ਵੇਖਿਆ ਸੀ ਇਹ 20-35-28 ਦਾ ਸੈੱਟ ਆਉਂਦਾ ਸੀਗਾ। ਹਾਂਜੀ, ਇੱਥੇ ਅਸੀਂ 20-39-28 ਕਰਤਾ ਜੀ। 20-39-28 ਹਾਂਜੀ, ਇਹ ਅਸੀਂ 39 ਕਰਤਾ। ਇਹ ਕਿਉਂ ਕੀਤਾ ਜੀ? ਹਾਂਜੀ, ਇਹਦੇ ਵਿੱਚ ਕੀ ਆ ਜਿਹੜਾ ਬਾਡੀ ਤੇ ਬਲੇਡ ਦੇ ਵਿੱਚ ਸਾਡੇ ਕੋਲ ਗੈਪ ਵੱਧ ਗਿਆ। ਓਕੇ, ਗੈਪ ਵਧਣ ਨਾਲ ਕੀ ਹੈ ਜੀ, ਉੱਪਰੋਂ ਮਿੱਟੀ ਜਦੋਂ ਵੱਧ ਲੰਘੇਗੀ ਤਾਂ ਇਹ ਡੂੰਘਾ ਜਾਊਗਾ। ਓਕੇ, ਜ਼ਿਆਦਾ ਤੇ ਟਰੈਕਟਰ ਜਿਹੜਾ ਹੈਗਾ ਸੌਖਾ ਰਹੂਗਾ। ਓਕੇ, ਇਹ ਡੂੰਘਾ ਜਾਊਗਾ ਤੇ ਸੌਖਾ ਟਰੈਕਟਰ, ਸੌਖਾ ਰਹੂਗਾ ਟਰੈਕਟਰ ਇਹਦੇ ਵਿੱਚ। ਠੀਕ ਹੈ ਜੀ, ਇਹ ਅਸੀਂ ਸਪੈਸ਼ਲ ਪੰਜਾਬ, ਕਿਉਂਕਿ ਪੰਜਾਬ ਦੇ ਟਰੈਕਟਰ ਵੱਡੇ ਨੇ, ਹਾਂਜੀ ਹਾਂਜੀ, ਪਾਵਰ ਜ਼ਿਆਦਾ ਵਾਲੇ ਨੇ, ਤਾਂ ਅਸੀਂ ਉਸ ਹਿਸਾਬ ਨਾਲ ਪੰਜਾਬ ਲਈ ਇਹ ਰੈਡੀ ਕੀਤਾ ਜੀ। ਠੀਕ ਹੈ, ਹੈਵੀ ਡਿਊਟੀ ਦੇ ਵਿੱਚ। ਤੇ ਬੈਰਿੰਗ ਦੀ ਗੱਲ ਕਰੀਏ ਜੀ, ਬੈਰਿੰਗ ਆਪਣੇ ਸਰ ਆਇਲ ਇਮਰਸਡ ਬੈਰਿੰਗ ਨੇ, ਓਰੀਜਨਲ ARB ਦੇ ਬੈਰਿੰਗ ਹੋਣਗੇ ਜੀ ਟੋਟਲੀ। ਠੀਕ ਹੈ ਜੀ, ਜੇ ਇਹਦੀ ਬਲੇਡਾਂ ਦੀ ਗੱਲ ਕਰੀਏ, ਬਲੇਡਾਂ ਇਹ ਵੀ ਸਰ ਬੋਰਨ ਸਟੀਲ ਦੇ ਬਲੇਡ ਨੇ, ਆਪਣੇ ਆਪ ਦੀ ਮਾਰਕਿੰਗ, ਪਲੱਸ ਇਹਦੇ ਵਿੱਚ ਸਰ ਇੱਕ ਹੋਰ ਖਾਸੀਅਤ ਆ, ਇਹਦੀ ਆਹ ਪਲੇਟ ਆ ਜੀ, ਇਹ 1 ਇੰਚ ਵੱਡੀ ਹੁੰਦੀ ਆ, ਬਾਕੀ ਕੋਈ ਵੀ ਰੋਟਾਵੇਟਰ ਤੁਸੀਂ ਲੈ ਲਿਓ ਜੀ। ਅੱਛਾ ਜੀ, ਇਹ ਵੱਡੀ ਕੀਤੀ ਹੋਈ ਹੈ ਕਿਉਂਕਿ ਆਪਣਾ ਪਹਿਲਾਂ ਇਹਦੇ ਵਿੱਚ 1 ਇੰਚੀ ਦਾ ਗੈਪ ਵੱਧ ਗਿਆ ਸੀ। ਠੀਕ ਹੈ ਜੀ, ਹਾਂਜੀ, ਗੈਪ ਸਾਈਡ ਵਾਲੀ ਗਰਾਈ ਕਰਕੇ, ਠੀਕ ਹੈ ਜੀ, ਅਸੀਂ ਉਹ ਵੱਡੀ ਕਰਤੀ, ਉਹਦੇ ਨਾਲ ਕੀ ਹੋਰ ਡੂੰਘਾ ਜਾਣ ਲੱਗ ਗਿਆ, ਹੋਰ ਗਹਿਰਾਈ ਦੇ ਵਿੱਚ ਜਾਏਗਾ ਜੀ। ਹਾਂਜੀ, ਠੀਕ ਹੈ ਜੀ, ਠੀਕ ਹੈ ਜੀ। ਤੇ ਕਲਰ ਦੀ ਗੱਲ ਕਰੀਏ ਜੀ, ਪੇਂਟ ਦੀ, ਉਹ ਇਹ ਸਰ ਆਪਣਾ ਹਲੇ ਇਸੇ ਜੀ ਹੈ ਕਿਉਂਕਿ ਇਹ ਪਾਊਡਰ ਕੋਟਡ ਆ। ਹਾਂਜੀ, ਪਾਊਡਰ ਕੋਟਡ ਦੇ ਵਿੱਚ ਜ਼ਿਆਦਾ ਆਪਸ਼ਨਸ ਨਹੀਂ ਹੁੰਦੀਆਂ ਹੈਗੀਆਂ। ਠੀਕ ਹੈ ਜੀ, ਠੀਕ ਹੈ, ਪਲੱਸ ਇਹਦੇ ਵਿੱਚ ਇਹ ਜਿਹੜਾ ਹੈਗਾ ਜੀ ਆਪਣੇ ਕੋਲ 6 ਫੁੱਟ ਤੋਂ ਲੈ ਕੇ ਜੀ 12 ਫੁੱਟ ਤੱਕ ਅਵੇਲੇਬਲ ਆ। ਇਹ ਮਾਡਲ ਸਾਡਾ ਐਕਸਪੋਰਟ ਮਾਡਲ ਆ, ਇਹਨੂੰ ਅਸੀਂ ਅਦਰ ਕੰਟਰੀਜ਼ ਦੇ ਵਿੱਚ ਐਕਸਪੋਰਟ ਵੀ ਕਰ ਰਹੇ ਹਾਂ। ਠੀਕ ਹੈ ਜੀ, ਜੇ ਭਾਜੀ ਇਹਨੂੰ ਗੱਲ ਕਰੀਏ ਤਾਂ ਈਜ਼ੀਲੀ ਇਹ ਤੁਸੀਂ ਕਹਿੰਦੇ ਹੋ ਵੀ ਚੱਲਦਾ ਹੈਗਾ, ਹਨਾ? ਹਾਂਜੀ, ਤੇ ਕਿੰਨੇ ਹਾਰਸ ਪਾਵਰ ਤੱਕ ਦਾ ਟਰੈਕਟਰ ਇਹਨੂੰ ਖਿੱਚ ਸਕਦਾ ਜੀ? ਇਹ ਜੀ 40 HP ਤੋਂ ਲੈ ਕੇ ਅੱਗੇ 90 ਹਾਰਸ ਪਾਵਰ ਤੱਕ ਜਾਂਦਾ ਜੀ, ਤੁਸੀਂ ਜਿਹੜਾ ਸਾਈਜ਼ ਲਓਗੇ ਉਸ ਹਿਸਾਬ ਨਾਲ ਇਹ ਟਰੈਕਟਰ ਦੇ ਮਗਰ ਪੈ ਜਾਂਦਾ। ਠੀਕ ਹੈ ਜੀ।